ਇੱਕ ਕਮੈਂਟਰ ਹੋਰ ਵੀਡੀਓ ਰਹਿ ਗਈ ਆ ਇੱਕ ਮੈਂ ਦੱਸਣੀ ਚਾਹੁੰਨਾ ਵੀ ਇੱਥੇ ਪੰਜਾਬੀ ਬੰਦੇ ਸਾਡੇ ਰਿਸ਼ੂਜੀ ਸਟੇਨ ਨੇ ਲਾਈਏ ਆ ਤੇ ਇਹਨਾਂ ਨੇ ਕਈਆਂ ਨੇ ਨਾਂ ਗਲਤ ਦੱਸਿਓ ਸੀ ਇਹਨਾਂ ਨੂੰ ਪਹਿਲਾਂ ਉਹ ਨਾਂ ਜਦੋਂ ਗਲਤ ਦੱਸਿਆ ਉਹ ਇਨਕੁਆਰੀ ਇੰਡੀਆ ਤੋਂ ਕਰਦੇ ਆ ਇਹਨਾਂ ਦਾ ਉੱਥੇ ਨਾਂ ਨਹੀਂ ਇੰਡੀਆ ਦੇ ਵਿੱਚੋਂ ਨਿਕਲ ਨਹੀਂ ਰਿਹਾ ਤੇ ਉਹ ਇਹਨਾਂ ਨੂੰ ਭੇਜਦੇ ਨੇ ਕਈਆਂ ਨੂੰ 10 ਸਾਲ ਹੋ ਗਏ ਕਈ ਨੂੰ 15 ਸਾਲ ਹੋ ਗਏ ਉਹ ਜਾਣਾ ਚਾਹੁੰਦੇ ਆ ਇੰਡੀਆ ਦੇ ਵਿੱਚ ਠੀਕ ਨਹੀਂ ਉਹ ਇਹਨਾਂ ਨੂੰ ਭੇਜ ਨਹੀਂ ਰਹੇ ਤੇ ਕੋਈ ਕਾਜੀ ਡਾਕੂਮੈਂਟ ਨਹੀਂ ਗਾ ਕੋਈ ਵੀ ਠੀਕ ਨਹੀਂ ਤੇ ਇਸ ਕਰਕੇ ਕਈ ਬਹੁਤ ਫਸੇ ਹੋਏ ਨੇ ਜੇ ਕੋਈ ਪੰਜਾਬੀ ਇਸ ਤਰ੍ਹਾਂ ਦੇ ਕੇਸ ਵਿੱਚ ਹੈਗਾ ਫਸਿਆ ਹੈ ਬਹੁਤ ਜ਼ਿਆਦਾ ਮੈਨੂੰ ਪਤਾ ਤੇ ਉਹ ਇੰਡੀਆ ਨੂੰ ਜਾਣਾ ਚਾਹੁੰਦਾ ਆ ਤੇ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਤੇ ਮੈਂ ਉਹਨੂੰ ਮਹੀਨੇ ਦੇ ਵਿੱਚ ਵਿੱਚ ਇੰਡੀਆ ਭੇਜ ਦਮਾਂਗਾ ਠੀਕ ਨੇ ਤੇ ਬਾਕੀ ਟ੍ਰੈਕਟਰ ਤਾਂ ਤੁਸੀਂ ਆਪਣੀ ਲੈਣੀ ਹੁੰਦਾ 10 15 15 ਸਾਲ ਹੋ ਗਏ ਟ੍ਰੈਕਟਰ ਉਹ ਵੀ ਤੁਹਾਨੂੰ ਇੱਥੋਂ ਲੈ ਕੇ ਦੇਈਏ ਤੇ ਬਾਕੀ ਤੁਸੀਂ ਕੰਟੈਕਟ ਕਰ ਸਕਦੇ ਬੰਦੇ ਬਹੁਤ ਹੈ ਜਾਣਾ ਚਾਹੁੰਦੇ ਉਹਨਾਂ ਪਤਾ ਨਹੀਂ ਕਿ ਦੁਖੀ ਹੈ ਬਹੁਤ ਜ਼ਿਆਦਾ ਇਹਦੇ ਬਰ ਕਿਸੇ ਨੂੰ ਨਹੀਂ ਪਤਾ ਹੈਗਾ ਠੀਕ ਹੈ ਉਹ ਐਨੀ ਟਾਈਮ ਕੰਟੈਕਟ ਕਰ ਸਕਦੇ ਨੇ ਮਹੀਨਾ ਲੱਗੇਗਾ ਮਹੀਨੇ ਦੇ ਵਿੱਚ ਤੁਸੀਂ ਇੰਡੀਆ ਆਰਾਮ ਦੇ ਨਾਲ ਪਹੁੰਚ ਸਕਦੇ ਹੋ ਓਕੇ ਬਾਏ ਬਾਏ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਪੂਰੇ ਬਾਰਡ ਦਾ ਟੈਕਨੋਲੋਜੀ ਮੰਨ ਜਰਮ ਕੋ ਤਹਿ ਦਿਲੋਂ ਤੁਹਾਨੂੰ ਆਦਰ ਕਰਦਾ ਸਾਰੇ ਪੰਜਾਬੀਆਂ ਦਾ ਪੂਰੇ ਯੂਰਪ ਦਾ ਇਹ ਵੀਡੀਓ ਤੁਸੀਂ ਦੇਖ ਲਈ ਹੋਣੀ ਆ ਇਹ ਵੀਡੀਓ ਇੱਕ ਲੜਕੀ ਐ ਸਾਈ ਪ੍ਰੈਸ ਤੋਂ ਸਰਬੀਆ ਆ ਕੇ ਆਪਣੀ ਕੋਈ ਹੈਲਪਫੁਲੀ ਬੁਹਾੜ ਜਿਹੜੀ ਲਗਾ ਰਹੀ ਐ ਤੇ ਸਰਬੀਆ ਤੋਂ ਕਿਸੇ ਏਜੰਟ ਦੇ ਨੂੰ ਫਾਈਲ ਦਿੱਤੀ ਸੀ ਇਹਨੇ ਤੇ ਉਹਨੇ ਵੀਜ਼ਾ ਪੁਰਤਗਾਲ ਦਾ ਲਵਾ ਸਕਾ ਤੇ ਇਹਨੇ ਸਰਬੀਆ ਭੇਜ ਦਿੱਤਾ ਵੀ ਜਦੋਂ ਤੈਨੂੰ ਪੈਸੇ ਉਹਨੇ ਪੁਰਤਗਾਲ ਦੇ ਦਿੱਤੇ ਆ 5000 ਤੇ ਸਰਬੀਆ ਦੇ ਵਿੱਚ ਕੀ ਰੋਲ ਆ ਰਿਹਾ ਉਹ ਤਾਂ ਫਿਰ ਡੌਂਕੀ ਲੱਗਣੀ ਆ ਨਾ ਡੌਂਕੀ ਤਾਂ ਬੰਦਿਆਂ ਕੋਲ ਨਹੀਂ ਲੱਗਦੀ ਉੱਥੇ ਥੋੜਾ ਕੀਤੇ ਤੇ ਜਨਾਨੀਆਂ ਨੇ ਕੀ ਲਾ ਲਾਣੀ ਆ ਠੀਕ ਹੈ ਤੇ ਇਸ ਯਾਂਟ ਨੇ ਇਹਦੇ ਨਾਲ ਹਿਰਾਫੇਰੀ ਕੀਤੀ ਆ ਤੇ ਦੇਖੋ ਸਾਈ ਪ੍ਰੈਸ ਦੇ ਵਿੱਚ ਕੁੜੀਆਂ ਆਉਨੀਆਂ ਆ ਇੰਡੀਆ ਦੇ ਵਿੱਚੋਂ ਤੇ ਉਹ 2 ਸਾਲ ਮਿਹਨਤ ਕਰਦੀਆਂ ਤੇ ਤਾਂ ਜਾ ਕੇ 5000 ਰੋ ਉਹਨਾਂ ਦੇ ਕੋਲ ਜੜਦਾ ਏ ਠੀਕ ਨੇ ਤੇ ਬੜੀ ਉਹਨੇ ਮਿਹਨਤ ਕੀਤੀ ਆ ਤੇ ਯਾਂਟ ਨੇ ਘੰਟਿਆਂ ਦੇ ਵਿੱਚ ਪੈਸਾ ਹੜੱਪ ਲਿਆ ਸਭ ਤੋਂ ਦੁਨੀਆ ਤੋਂ ਵੱਧ ਬੇਈਮਾਨ ਏਜੰਟ ਹੁੰਦੇ ਨੇ ਠੀਕ ਹਨ ਇਹਨੂੰ ਨਾ ਆਪਣੇ ਮਾਮਾ ਦਾ ਨਾ ਭੈਣਾਂ ਦਾ ਕੋਈ ਫਰਕ ਨਹੀਂ ਪੈਂਦਾ ਜਿੱਦਾਂ ਮਰਜੀ ਕੁੱਟ-ਕਟਾਫ ਕਰ ਉਹਨਾਂ ਦੇ ਕੋਈ ਨਹੀਂ ਨਾ ਹੁੰਦਾ ਉੱਤਰੀ ਚੜ੍ਹਾਈ ਦਾ ਮੈਂ ਗਾਣਾ ਸੁਣਿਆ ਸੀ ਮੈਂ ਗਾਣੇ ਦਾ 20000 ਰੁਪਏ ਨਾਮ ਵੀ ਰੱਖਿਆ ਸੀ ਇੱਕ ਵੀਡੀਓ ਦੇ ਵਿੱਚ ਉਹਦੇ ਵਿੱਚ ਉਹ ਗਾਣੇ ਦੇ ਬੋਲ ਹੁੰਦੇ ਸੀ ਵੀ ਨਰਮਸ ਵਾਦ ਦਕਾਉਂਦਾ ਦੁਕਾਨਦਾਰ ਹੋਣਾ ਚਾਹੀਦਾ ਤੇ ਗਾਰਮਨ ਸਵਾਰਾ ਥਾਣੇਦਾਰ ਹੋਣਾ ਚਾਹੀਦਾ ਤੇ ਕਾਰਨੀ ਦਲਾਲੀ ਹੋਵੇ ਜਿਹੜੇ ਬੰਦੇ ਨੇ ਉਹ ਬੰਦਾ ਪੂਰਾ ਬੇਈਮਾਨ ਹੋਣਾ ਚਾਹੀਦਾ ਮੈਂ 20000 ਰੁਪਏ ਨਾਮ ਰੱਖਿਆ ਮੈਨੂੰ ਸਿੰਗਲ ਦਾ ਨੀਚੇ ਤੱਕ 10-12 ਸਾਲ ਪੁਰਾਣਾ ਹੋਣਾ ਹੈ ਤੇ ਆ ਟੱਪਿਆਂ ਦਾ ਜ਼ਰੂਰ ਚਾਹਤਾ ਤੇ ਮੈਨੂੰ ਸਪੈਸ਼ਲ ਬੰਦੇ ਨੇ ਹੋਰ ਨਾਲ ਵੀ ਮੰਗ ਕੀਤੀ ਸੀ ਸੌਂਗ ਦੇ ਤੇ ਇਸ ਕਰਕੇ ਏਜੰਟ ਹੁੰਦੇ ਇਹ ਠੀਕ ਹੈ ਜੀ ਤੇ ਤੋਂ ਕੋ ਮਾੜੀ ਮੋਟੀ ਸ਼ਰਮ ਕਰੋ ਲੜਕੀ ਨੇ ਪੈਸੇ ਕਿੱਦਾਂ ਕਮਾਇਓ ਤੇ ਚਾਰ-ਚਾਰ ਲੱਖ ਰੁਪਏ ਦੇ ਕੇ ਸਾਈ ਪ੍ਰੈਸ ਆ ਰਹੀਆਂ ਠੀਕ ਨੇ ਤੇ ਇਹਨਾਂ ਏਜੰਟਾਂ ਦੇ ਧੱਕੇ ਚਾੜੇ ਇਹ ਏਜੰਟ ਤਾਂ ਸਾਲੇ ਆਪ ਨੇ ਉੱਥੋਂ ਆ ਸਕਦੇ ਇਧਰ ਤੇ ਇਹਨਾਂ ਨੇ ਬੀਜੇ ਕੇ ਲਗਾਉਣੇ ਹੁੰਦੇ ਆ ਹੈ ਉੱਥੇ ਸਾਰੇ ਸਾਰੇ ਏਜੰਟ ਬਣੀ ਫਿਰਦੇ ਨੇ ਤੇ ਆਪਣੇ ਜਿੰਨੇ ਵੀ ਬੰਦੇ ਨੇ ਹੋਰ ਕੋਈ ਕਾਮਕਾਰ ਹੈ ਨਹੀਂਗਾ ਉਹਨਾਂ ਨੂੰ ਬਸ ਆਹੀ ਏਜੰਟੀ-ਯੂਨਟੀ ਕਲੀ ਜਿਹੜਾ ਪਾਕਿਸਤਾਨੀ ਵਿਆਹ ਕਰਾ ਰਹੇ ਆ ਬੰਦਿਆਂ ਦਾ ਰਮਾਨੀਅਨ ਕੁੜੀਆਂ ਦੇ ਨਾਲ ਜਰਮਨੀ ਆ ਰਹੇ ਨੇ ਉਹ ਇੱਥੋਂ ਇਹ ਚੈਕਿੰਗ ਕਰ ਲੈਂਦੇ ਨੇ ਵੀ ਤੁਹਾਡੀ ਵਾਈਫ ਕਿੱਥੇ ਆ ਉਹ ਚੱਕ ਕੇ ਪੁੱਛ ਗਿਸ਼ ਕਰਕੇ ਫੇਰ ਬੰਦੇ ਨੂੰ ਕਹਿੰਦੇ ਸਾਡੀ ਕੰਟਰੀ ਛੱਡ ਜਾ ਠੀਕ ਹੈ ਬਹੁਤ ਬੰਦੇ ਇੱਥੇ ਫੜੇ 500 ਦਾ ਬੰਦਾ ਮੇਰੇ ਆ ਐਸੀ ਸਾਡੀ ਸਟੇਟ ਦੇ ਨੇੜੇ ਤੇ ਬੜੇ ਫੜਿਆ ਹੋਣਾ ਇਹਨੂੰ ਪਿਛਲੇ 2 ਸਾਲ ਦੇ ਵਿੱਚ ਵਿੱਚ ਹੋਰ ਵੀ ਫੜ ਲੈਂਦੇ ਆ ਇਸ ਕਰਕੇ ਗਲਤ ਤਰੀਕੇ ਨਾਲ ਆਉਣਾ ਬੰਦੇ ਦੇ ਉਹਦੇ ਲਈ ਮੁਸ਼ਕਲ ਹੋ ਜਾਂਦਾ ਠੀਕ ਨੇ ਤੇ ਬਾਕੀ ਉੱਥੇ ਸਰਬੀਆ ਦੇ ਵਿੱਚ ਮੇਰਾ ਮੈਂ ਤਾਂ ਇਹਨੂੰ ਇਹੀ ਕਹਣਾ ਵੇ ਠੀਕ ਹੈ ਕਿ ਜੇ ਕੋਈ ਇੰਡੀਆ ਰੈਸਟੋਰੈਂਟ ਹੈ ਉੱਥੇ ਚਲੇ ਜਾ ਸਾਡਾ ਕੰਟੈਕਟ ਕਰਾ ਦੇ ਉਹਦੇ ਉਹਨਾਂ ਨਾਲ ਤੇ ਅਸੀਂ ਤੇਰਾ ਟੈਕਸੀ ਦਾ ਬੈਲ ਜਿੰਨਾ ਵੀ ਉਹਦਾ ਦੇ ਦੇ ਦਿੰਨੇ ਤੇ ਤੈਨੂੰ ਰੋਟੀ ਪਾਣੀ ਖਾਣ ਲਈ ਪੈਸੇ ਦੇ ਦੇ ਦਿੰਨੇ ਠੀਕ ਨੇ ਪਰ ਮੈਂ ਥੋੜਾ ਜਹਾਜ ਹੋਰ ਡਾਊਟ ਜਾ ਹੋ ਰਿਹਾ ਤੇ ਮੈਂ ਦੱਸ ਦਿੰਦਾ ਤੁਹਾਨੂੰ ਠੀਕ ਨੇ ਇਹ ਉੱਥੇ ਪੋਰਟਗਲ ਆਉਣਾ ਚਾਹੁੰਦੇ ਬੰਦੇ ਸਰਬੀਆ ਬਹੁਤ ਬੰਦੇ ਆਏ ਉਹ ਠੀਕ ਨੇ ਕਈ ਆ ਜਾਂਦੇ ਨੇ ਗ੍ਰੀਸ ਜਿਹੀ ਜੁੜੀ ਆਉਂਦੇ ਆ ਤੇ ਆਣ ਕੇ ਡੋਂਕੀ ਲਾਉਂਦੇ ਤੇ ਡੋਂਕੀ ਫਿਰ ਕਹਿੰਦੇ ਬੜੀ ਐਂ ਚੀ ਨਾ ਆ ਬੰਦੇ ਜੀ ਤੁਰਨਾ ਬਹੁਤ ਸ਼ਾਲੀਆਂ ਦੇ ਖੇਤ ਦੇ ਵਿੱਚ ਤੇ 8-8 ਘੰਟੇ ਤੁਰਨਾ ਪੈਂਦਾ ਤੇ ਆਉਂਦਾ ਜਾਂਦਾ ਵੀ ਤੁਹਾਨੂੰ ਕੀ ਹੂੰ ਮੈਨੂੰ ਇਹ ਦੱਸੋ ਜੇ ਤੁਰ ਪੈਂਤ ਉਸੇ ਤੇ 12 ਘੰਟੇ 8 ਘੰਟੇ ਤੁਰ ਪੈ ਦਿੱਕੀਆ ਕਾਰਨ ਆਣ ਕੇ ਹੂੰ ਇੱਥੇ ਆਉਂਗੇ ਹੁਣ ਕਿਹੜਾ ਕੰਮ ਦਿੱਤਾ ਹੈ ਇਹਨਾਂ ਨੇ ਕੰਮ ਆਇਆ ਖੇਤਾਂ ਜੇ ਕੰਮਨਾ ਹੁੰਦਾ ਕੰਮ ਹੋਰ ਕੀ ਕੰਮ ਹੁੰਦਾ ਮੈਨੂੰ ਇੱਥੇ ਬੰਦੇ ਹਰ ਕੰਟਰੀ ਦੇ ਆ ਜਾਂਦੇ ਟੁਰਕੀ ਪੋਰਟੂਗਾਲ ਜਿੰਨੇ ਵੀ ਗਰੀਸ ਤੇ ਆਈ ਟੀਡੀ ਤੋਂ ਹੋਰ ਬੰਦੇ ਇੱਥੇ ਵੀ ਰਹਿੰਦੇ ਨੇ ਸਾਰੇ ਜਾਣਦੇ ਨੇ ਔਰ ਹਰ ਬੰਦੇ ਦੇ ਕੋਲ ਕੋਈ ਨਾ ਕੋਈ ਹੁਨਰ ਹੈ ਠੀਕ ਹੈ ਕੋਈ ਨੁਕ ਕੋਈ ਇਹਦਾ ਕੰਮ ਕੋਈ ਗੱਡੀ ਚਲਾਉਂਦਾ ਕੋਈ ਮਕੈਨਿਕ ਦਾ ਕੋਈ ਪੇਂਟਿੰਗ ਦਾ ਕੋਈ ਦੂਸਰਾ ਮਕਾਨਾਂ ਦਾ ਸਾਰੇ ਕੰਮ ਹਰ ਬੰਦੇ ਦੇ ਤੇ ਸਾਡੇ ਪੰਜਾਬੀ ਨੂੰ ਪੁੱਛ ਲੋ ਇੱਥੇ ਤੁਹਾਨੂੰ ਕੀ ਆਉਂਦਾ ਉਹ ਕਹਿੰਦੇ ਸਾਨੂੰ ਆਉਂਦਾ ਜਾਂਦਾ ਤਾਂ ਕੁਛ ਨਹੀਂਗਾ ਬਸ ਆ WhatsApp ਤੇ ਚੈਟਿੰਗ ਕਰਨੀ ਆਉਂਦੀ Facebook ਤੇ ਆਉਂਦੀ ਹੈ ਹੈ दारू ਪੀਣ ਆਉਂਦੀ ਸਿਕਟਾ ਪੀਣੀ ਆਉਣੀ ਆ ਆ ਕੁਛ ਇਹਨਾਂ ਨੂੰ ਆਉਂਦਾ ਜਾਂਦਾ ਐਸੇ ਘਰ ਦੇ ਉਹਦੇ 14-14 ਲੱਖ ਰੁਪਏ ਲਵਾ ਕੇ ਆ ਜਾਂਦੇ ਨੇ ਤੁਸੀਂ 14 ਲੱਖ ਰੁਪਏ ਦੇ ਨਾਲ ਇੰਡੀਆ ਦਾ ਵੀਜ਼ਾ ਆਪ ਵੀ ਲਵਾ ਸਕਦੇ ਹੋ ਪੁਰਤਗਾਲ ਦਾ ਜਿੱਥੇ ਦਾ ਮਰਜ਼ੀ ਲਵਾ ਲਓ ਸਪੇਨ ਦਾ ਲਵਾ ਲਓ ਤੁਸੀਂ ਐਮਬੈਸੀ ਵਿੱਚ ਅਪਲਾਈ ਕਰੋ ਇੱਕ ਵਾਰੀ ਵੀਜ਼ਾ ਨਾ ਮਿਲੇ ਦੋ ਵਾਰੀ ਮਿਲੇ ਤਿੰਨ ਵਾਰੀ ਨਾ ਮਿਲ ਜਾਂਦਾ ਹੁੰਦਾ ਵੀਜ਼ਾ ਠੀਕ ਹੈ ਕਰਨ ਏਜੰਟਾਂ ਦੇ ਧੱਕੇ ਨਾਲ ਚਲੋ ਤੇ ਫਿਰ ਤੁਸੀਂ ਛਾਂ ਕੇ ਰੋਣੇ ਕਰੋ ਨਾ ਤਹਾ ਮਾਰਦੇ ਕੋਈ ਜਨਾਨੀ ਤਾਂ ਮਾਰਦੇ ਹੋ ਚਲੋ ਬੰਦਾ ਬੰਦਰ ਸ਼ਰਮ ਆ ਜਾਂਦੀ ਹੈ ਮਾੜੀ ਮੋਟੀ ਗੈਰਤ ਜਾਗ ਪੈਂਦੀ ਹੈ ਤੇ ਇਹਨਾਂ ਏਜੰਟਾਂ ਦੀ ਗੈਰਤ ਨਹੀਂ ਜਾਗਦੀ ਹੁੰਦੀ ਠੀਕ ਹੈ ਕਹਣਾ ਤੇ ਪੂਰੇ ਬੇਈਮਾਨ ਹੁੰਦੇ ਨੇ ਤੇ ਉਹ ਵਿਚਾਰੀ ਦਾ ਪੈਸਾ ਵੇਸਟ ਕੀਤਾ ਖਰਾਬ ਇਹਨੇ ਬੰਦੇ ਨੇ ਇਹ ਕਰਕੇ ਰੱਖ ਦਿੱਤਾ ਠੀਕ ਨੇ ਤੇ ਬਾਕੀ ਸਾਡਾ ਇਹਨੂੰ ਏਜੰਟ ਨੂੰ ਇਹੀ ਕਹਣਾ ਜੇ ਵੀਡੀਓ ਦੇਖਦਾ ਹੈ ਤੇ ਬੰਦੇ ਦਾ ਪੁੱਤ ਬਣ ਕੇ ਹਨਾ ਪੈਸੇ ਸਹੀ ਸਨੰਤ ਮੋੜਦੇ ਤੇ ਜਿਹੜੇ ਕਿੜਕੜਕ ਚੜ ਗਏ ਹਨਾ ਸਾਡੇ ਨਾਲ ਜਿਹੜੀਆਂ ਹੋਰ ਕਿਸੇ ਚੜ ਗੀਆਂ ਤੇ ਮੈਨੂੰ ਲੱਗਦਾ ਵੀ ਜੇ ਤਾਂ ਸਾਡ ਜੜੇਕੇ ਚੜ ਗਿਆਂ ਤਾਂ ਤੇਰੇ ਜਿਹੜੇ ਪਿੰਡ ਲੱਗਦੇ ਆਲੇ 5-6 ਪਿੰਡ ਲੱਗਦੇ ਉੱਥੇ ਕੋਈ ਬੰਦਾ ਏਜੰਟ ਪੈਦਾ ਨਾ ਹੋਊਗਾ 7-8 ਪੀੜੀਆਂ ਤੱਕ ਠੀਕ ਹੈ ਕੰਨੇ ਜਨਾਨੀਆਂ ਦੇ ਪੈਸੇ ਸਾਲਿਓ ਖਾਣੇ ਗਿਜਿਓਂ ਤੁਸੀਂ ਹੂੰ ਚਪ-ਚਪ ਉਦਾਂ ਹੀ ਪੈਸੇ ਮੋੜਦੇ ਉਹਦੇ ਠੀਕ ਹੈ ਨਹੀਂ ਤੇ ਬਾਕੀ ਇਹ ਹੁੰਦੇ ਸਾਲੇ ਬਿਨਾਂ ਛੱਤਰਾਂ ਤੋਂ ਠੀਕ ਨਹੀਂ ਆਉਂਦੇ ਤੇ ਮੇਰੇ ਕੁ bari ਪਿਛਲੇ 7 ਸਾਲ ਹੋ ਗਏ ਨਾ ਮੇਰਾ ਭਤੀਜਾ ਰਹਿਣਾ ਇੰਡੀਆ ਦੇ ਵਿੱਚ ਉਹਨਾਂ ਆਸਟ੍ਰੇਲੀਆ ਜਾਣਾ ਸੀ ਉਹਨਾਂ ਨੇ ਵੀ ਏਜੰਟ ਜੁੰਟ ਕਰ ਲਿਆ ਇਦਾਂ ਦਾ ਨਾਲ ਦੇ ਪੜਾ ਅਪਰਾਇਆ ਪਰੇ ਦੇ ਨਾਲ ਪੜ ਤੁਸੀ ਜਾਣਾ ਨਾ ਉਹ ਨਗਰ ਨਾਂਕ ਕੇ ਖੱਬੇ ਕਹਾਸ ਖੂਆ ਉੱਥੇ ਰਹਿੰਦੇ ਹੋ 20 22 ਬਖੇਤਾਂ ਦੇ ਖੇਤੀ ਕਰਦਾ ਮੁੰਡਾ ਆਸਟ੍ਰੇਲੀਆ ਗਿਆ ਖਰੇ ਕੰਮ ਨਹੀਂ ਬਣਦਾ ਸਾਲ ਇੱਥੇ ਆਣ ਕੇ ਏਜੰਟ ਬਣ ਜਾਂਦੇ ਨੇ ਤੋ ਮੈਨੂੰ ਦੱਸਿਆ ਵੀ ਇਹ ਬੰਦਾ ਚੰਗਾ ਹੁੰਦਾ ਘਰ ਦੇ ਬੰਦੇ ਚੰਗੇ ਹੀ ਹੁੰਦੇ ਸਾਰੇ ਜੇ ਇਹ ਕਹਿਣ ਵੀ ਅਸੀਂ ਨਹੀਂ ਕੰਮ ਕਰਦੇ ਇਹਨਾਂ ਦੇ ਰਿੱਕਕੇ ਅਸੀਂ ਕਿੱਥੋਂ ਆਈਏ ਠੀਕ ਹੈ ਕਿ ਇਹ ਹਾਰਕਾ ਇਦਾਂ ਮਾਰਦੇ ਬੜਬੜੀਆਂ ਇਹਨਾਂ ਨੇ ਬਿਲਡਿੰਗਾਂ ਬਣਾਈਆਂ ਹੁੰਦੀਆਂ ਫੋਟੋਆਂ ਲਾਈਆਂ ਹੁੰਦੇ ਬੈਜੀ ਸਾਨੂੰ ਬਾਹਰ ਭੇਜਦੇ ਹੁਣ ਜਹਾਜ਼ ਇਦਾਂ ਖੜੇ ਕੀਤੇ ਹੁੰਦੇ ਉਹਦੇ ਰਿੱਕਕੇ ਉੱਤਰ ਕੇ ਚੱਲ ਮੈਂ ਠੀਕ ਹੈ ਮੈਂ ਆ ਜਾਣਾ ਮੈਂ ਪੇਮੈਂਟ ਕਰ ਦਿੰਨਾ ਮੈਂ ਆਇਆ ਇੰਡੀਆ ਵਿੱਚ ਪੇਮੈਂਟ ਉਹਦੇ ਕੋਲ ਦੇ ਵਿੱਚ ਕਰ ਦਿੱਤੀ ਆ ਤੇ ਮੈਨੂੰ ਕਹਿੰਦਾ ਵੀ ਆਪਣੇ ਹੱਕ ਨੂੰ ਵੀ ਦੋ ਤਿੰਨ ਬੈਸਕੀਆਂ ਬੋਤਲਾਂ ਲੈ ਕੇ ਆਵੇ ਮੇਰੇ ਲਈ ਬਾਹਰ ਨਹੀਂ ਮੈਂ ਪੀਤੇ ਨੂੰ ਮੈਂ ਚੱਲਾਂ ਚੱਲਦੇ ਉੱਥੇ ਕੀ ਜੋ ਕਹਿੰਦਾ ਬੰਦਾ ਠੀਕ ਹੈ ਮੈਂ ਉਹ ਵੀ ਉਹਨੂੰ ਲਿਆ ਕੇ ਦਿੱਤੀ ਆ ਮਾ ਕੰਮ ਨੂੰ ਚੰਗੀ ਤਰ੍ਹਾਂ ਕਰੀ ਸਾਡੇ ਕੋਲ ਟਾਈਮ ਨਹੀਂ 15 ਦਾ ਐਵੇਂ ਬੈਕ ਜਾਣਾ ਸਾਡਾ ਨੁਕਸਾਨ ਬਹੁਤ ਹੁੰਦਾ ਉੱਥੇ ਠੀਕ ਉਹ ਬੰਦੇ ਤਿੰਨ ਦਿਨ ਤਿੰਨ ਮਹੀਨੇ ਚਾਰ ਮਹੀਨੇ ਕਰਦੇ ਕਰਦੇ ਉਹ ਸਾਲ ਲੈ ਗਿਆ ਪੂਰਾ ਫੋਨ ਕਾ ਨਾ ਫੋਨ ਨਾ ਚੱਕਣਾ ਉਹਨਾਂ ਨੇ ਫੋਨ ਕਾ ਨਾ ਉਹਨਾਂ ਨੇ ਗੱਲ ਲੜੀ ਸਿਰਾ ਕੋਈ ਨਹੀਂ ਫੜਾਉਣਾ ਜੀ ਮੈਂ ਫੋਨ ਕਾ ਨਾ ਕਦੇ ਮੈਂ ਰੋਟੀ ਖਾ ਰਿਹਾ ਮੈਂ ਕਹਾ ਭਾਈ ਮੈਂ ਰੋਟੀ ਟੇਬਲ ਤੇ ਬੈਠ ਕੇ ਖਾਣਾ ਮੈਂ ਕਹਾ ਸਾਨੂੰ ਇੱਥੇ ਇੰਨਾ ਚਰ ਹੋ ਗਿਆ ਮੈਂ ਟੇਬਲ ਤੇ ਬੈਠ ਕੇ ਰੋਟੀ ਅਜ ਤੱਕ ਖਾਦੀ ਜਾਂ ਕਿਚਨ ਚ ਖਾ ਲਈ ਜਾਂ ਹੱਥਾਂ ਉੱਤੇ ਬੈਠ ਕੇ ਕਿੱਦੇ ਹੋਇਆ ਬੈਠ ਕੇ ਖਾ ਰਿਹਾ ਤੇ ਤਰਦੇ ਫਿਰਦਾ ਹੀ ਸਾਡਾ ਕੰਮ ਹੁੰਦਾ ਟੈਕਸੀ ਆ ਤੇ ਗੱਲ ਗੂਰ ਨਾ ਕਰੇ ਮੈਂ ਬਹੁਤ ਮੈਸੇਜ ਕੀਤੇ ਉਹਨਾਂ ਬੰਦੇ ਦਾ ਪੁੱਤ ਮਣ ਕੇ ਦੱਸਿਆ ਸਮਝ ਨਹੀਂ ਉਹ ਕਹਿੰਦਾ ਪੈਸੇ ਮਾਰਨ ਦੇ ਚੱਕਰ ਵਿੱਚ ਸੀ ਉਹ ਉਹਨੇ ਮਾਰੇ ਵੀ ਪੈਸੇ ਬਹੁਤ ਬੰਦਿਆਂ ਦੇ ਬਾਅਦ ਵਿੱਚ ਤੇ ਮੈਂ ਦੋ ਮੈਸੇਜ ਕੀਤੇ ਸੀ ਉਹਨੂੰ ਫਿਰ WhatsApp ਦੇ ਉੱਤੇ ਵੇਗਾ ਇਦਾਂ ਕਰੀ ਪਰਸੋਂ ਨਾ 8 9 ਵਜੇ ਤੱਕਰੀਬਨ ਇਸ ਟਾਈਮ ਦੇ ਵਿੱਚ ਨਾ ਗੇਟ ਖੋਲ੍ਹਨੇ ਆਪਣਾ ਗੇਟ ਖੜਕੇਗਾ ਤੇਰਾ ਸਵੇਰ ਦੇ ਟਾਈਮ ਤੇ ਬੰਦੇ ਚਾਰ ਹੁਣ ਓਕਾਰ ਦੇ ਵਿੱਚ ਚਾਰ ਹੀ ਦੇਖਣੇ ਤੋ ਸ਼ਕਲਾਂ ਹੀ ਦੇਖਣੇ ਉਹਨਾਂ ਦੀਆਂ ਐਦਾਂ ਮੂਤਰੀਆਂ ਨਹੀਂ ਆ ਪਾਇਆ ਇੱਥੇ ਟ੍ਰੈਟੋ ਜਦੋਂ ਕਈ ਕੁਸੇ ਪਾਇਆ ਹੁਣ ਸ਼ਕਲ ਦੇਖ ਲੈ ਦੇਖ ਕੇ ਗੇਟ ਲਾ ਲਈ ਪੈਸੇ ਦੇਣੇ ਹੋਵੇ ਨਾਂ ਦੀ ਅੱਗੇ ਤਰੀ ਮੱਚੀ ਠੀਕ ਨੇ ਤੇ ਦੂਜੀ ਦਿਨ ਉਹ ਇਹ ਗੱਲ ਦੱਸ ਦਿੰਨੇ ਆ ਬਈ ਜਦੋਂ ਦੂਜੀ ਵਾਰੀ ਉਹਨਾਂ ਨੇ ਆਉਣਾ ਹਣਾ ਤੇ ਘਰ ਦੇ ਵਿੱਚ ਤੇਰਾ ਸਮਾਨ ਨਹੀਂ ਦਿਸਣਾ ਨਾ ਟਰੈਕਟਰ ਨਾ ਤੇਰੀ ਕੋਠੀ ਦੇ ਨਾਮ ਮੰਜੇ ਦੇ ਨਾ ਘਵਾਰਾਂ ਸਲੂਰੋਂ ਤੁਹਾਨੂੰ ਇਹ ਦੱਸ ਦਿੱਤਾ ਨਾ ਠੀਕ ਹੈ ਕਰਨ ਫਿਰ ਅੱਗ ਖੁਦ ਹੀ ਤੂੰ ਲਾਉਣੀ ਆਪਉਣਾ ਟਰੈਕਟਰ ਨੂੰ ਟਰਾਲੀ ਨੂੰ ਸਾਰੇ ਮਕਾਨ ਤੇ ਬਾਜ ਚ ਪੀਪਾ ਸੱਟ ਕੇ ਤੇਰੇ ਉੱਤੇ ਉਹ ਆਪ ਪਾ ਕੇ ਲਾਉਣਗੇ ਠੀਕ ਹੈ ਤੇ ਹੁਣ ਤੈਨੂੰ ਮੈਂ ਮੈਸੇਜ ਨਹੀਂ ਕਰਨਾ ਇਹਦਾਂ ਦੱਸ ਦਿੱਤਾ ਲੋੜੇ ਦੂਜੇ ਦਿਨੇ ਮੈਸੇਜ ਆ ਗਿਆ ਤੈਨ ਕੈਸ਼ ਤਾਂ ਜੀ ਲੈ ਲੈ ਨਿਆ ਪੈਸਾ ਤਿੰਨਾ ਕੈਸ਼ ਤਾਂ ਦਿੱਤੇ ਜਾ ਕੇ ਉਹ ਬਾਕੀ ਉਹਦੇ ਮਾਰ ਕੇ ਨੱਠ ਗਿਆ ਇਹ ਫਿਰ ਬੈਲਜੀਅਮਾਂ ਲਾ ਗਿਆ ਸੀ ਬੰਦਾ ਮੁਰਕ ਕੇ ਜੀ ਨਹੀਂ ਗਿਆ ਬੈਲਜੀਅਮਾਂ ਲਾ ਗਿਆ ਸੀ ਤੇ ਉੱਥੇ ਕੀ ਕਿਤੇ ਲੋਕ ਲੁੱਕ ਰਹੇ ਹੁੰਦਾ ਜਿਨ੍ਹਾਂ ਨੇ ਪੈਸੇ ਦਿੱਤੇ ਹੁੰਦੇ ਛੱਡਦੇ ਛੁੱਟਦੇ ਨਹੀਂ ਹੁੰਦੇ ਉਹ ਕੰਮ ਕਰ ਦਿੰਦੇ ਹੁੰਦੇ ਨੇ ਤੇ ਪੋਲੈਂਡ ਬੱਚੇ ਕੋਈ ਗਾਰੰਟੀ ਕਰਦਾ ਸੀ ਉਹ ਬੰਦੇ ਨੂੰ ਭੇਜ ਦਿਆ ਨਹੀਂ ਸੀ ਇਧਰੋਂ ਉਹ ਮੁੰਡਾ ਤੰਗ ਤੋਂ ਹੋਵੇ ਜਿਹੜੀ ਫਰਿੱਜ ਹੁੰਦੀ ਹੈ ਵਿੱਚ ਬਰਫ਼ ਜੰਮਦੀ ਹੁੰਦੀ ਹੈ ਉਹ ਉਹਦਾ ਬੰਦ ਕਰਕੇ ਉੱਤੇ ਬਹਿ ਗਿਆ ਸੀ ਤੇ ਜਦੋਂ ਮਰ ਗਿਆ ਉਸ ਨੂੰ ਕੱਢਿਆ ਸੀ ਬਾਹਰ ਠੀਕ ਹੈ ਕੰਮ ਤੇ ਬਾਕੀ ਤੈਨੂੰ ਇਹੀ ਕਹਿਣਾ ਵੈਲ ਇਹਨੇ ਪਤਾ ਨਹੀਂ ਕਿੰਨਾ ਪੈਸਾ ਕਮਾਇਆ ਤੇ ਉਹਦੇ ਪੈਸੇ ਵਾਪਸ ਕਰਦੇ ਬੰਦੇ ਦਾ ਪੁੱਤ ਬਣ ਕੇ ਠੀਕ ਹੈ ਕੰਮ ਤੈਨੂੰ ਬਾਹਲੇ ਨਹੀਂ ਅਸੀਂ ਕਹਿੰਦੇ ਹੈਗੇ ਤੇ ਤੇਰੀ ਨਿਊਜ਼ ਬਹੁਤ ਲੱਗ ਚੁੱਕੀ ਪੂਰੇ ਬਾਹਰਲੇ ਤੇਰੀ ਖਬਰ ਆ ਚੁੱਕੀ ਹੈ ਠੀਕ ਹੈ ਤੇ ਬਾਕੀ ਚਾ ਲੋ ਸਾਈਪ੍ਰਸ ਦੇ ਹਾਲਾਤ ਤਾਂ ਇਦਾਂ ਦੇ ਆ ਹੁਣ ਕੀ ਕਰ ਸਕਦੇ ਬੰਦੇ ਆਏ ਬਸੇਰੇ ਆ ਪਹਿਲਾਂ ਸਰਬੀਆ ਦੇ ਵਿੱਚ ਦੀ ਆ ਜਾਂਦੇ ਸੀ ਇਹਨਾਂ ਕੋਲ ਆਈਡੀ ਕਾਰਡ ਹੈ ਉਹ ਇੰਕ ਯਾ ਪਿੰਕ ਯਾ ਹੈ ਇਹ ਰូមੇਨੀਆ ਦੇ ਵਿੱਚ ਦੀ ਐਂਟਰੀ ਮਾਰਦੇ ਸੀ ਚੈਕੋਸਲਵਾਕੀ ਆ ਕੁੜੀਆਂ ਆਈਆਂ ਉੱਥੇ ਵੀ ਤੇ ਬੱਸ ਵਿੱਚ ਬੈਜਦੀਆਂ ਉਹਨਾਂ ਨੂੰ ਭੁਲੇਖਾ ਪੈ ਜਾਂਦਾ ਵੀ ਇਹਨਾਂ ਕੋਲ ਆਈਡੀ ਕਾਰਡ ਯੂਰਪ ਦਾ ਆ ਦੇ ਉਹ ਇਹਨਾਂ ਨੂੰ ਇੱਥੇ ਸਲਵਾਕ ਵਿੱਚ ਦੀਆਂ ਅਣਕਿਲੁਕ ਫਲਾਈਟ ਲੈ ਕੇ ਪੁਰਤਗਾਲ ਆ ਜਾਂਦੇ ਸਨ ਠੀਕ ਹੈ ਉੱਥੇ ਆਈਆਂ ਲੜਕੀਆਂ ਬਥੇਰੀਆਂ ਤੇ ਇਸ ਕਰਕੇ ਉਹਨਾਂ ਨੂੰ ਪਤਾ ਲੱਗ ਗਿਆ ਠੀਕ ਹੈ ਬਾਕੀ ਅ ਸਰਬੀਆ ਤੋਂ ਸੀਗੇ ਡੌਂਕੀ ਡੌਂਕੀ ਰਾਕੇ ਬੰਦੇ ਆਉਂਦੇ ਆ ਹੁਣ ਕਰ ਕੀ ਕਰ ਸਕਦੇ ਬੀਜਾ ਬੂਜਾ ਦੇ ਇਹਨਾਂ ਨੂੰ ਇੱਦਾਂ ਹੀ ਮਿਲਦੇ ਨਹੀਂਗੇ ਤੇ ਮੇਰੇ ਜਾਣਦੇ ਉੱਥੇ ਬੰਦੇ ਪੁਰਤਗਾਲ ਦੇ ਵਿੱਚ ਕਾਫੀ ਜਾਨ ਪਛਾਣ ਹੈਗੀ ਆ ਦੱਸਦੇ ਹੁੰਦੇ ਇਹਨਾਂ ਦਾ ਕੁੜੀਆਂ ਦਾ ਵੀ ਦੱਸਦੇ ਆ ਤੇ ਹੁਣ ਤੁਹਾਨੂੰ ਪਤਾ ਹੈ ਕੁੜੀਆਂ ਤੁਸੀਂ ਭੇਜ ਦਿੰਦੇ ਮਾਂ ਤੇ ਬਾਹਰ ਕੱਲੇ ਕੁੜੀ ਨੇ ਚੱਲ ਜਾਣਾ ਇਹਦਾ ਬੰਦਾ ਸਾਲਾ ਪੁੱਠੇ ਕੰਮ ਕਾਨੂੰਨੇ ਹਟਦਾ ਕੁੜੀਆਂ ਕਿੱਥੋਂ ਹਟ ਜਾਣਗੀਆਂ ਉਹ ਫੈਮਿਲੀ ਆ ਇਹਦਾ ਕੋਡ ਪਤੂਹੀ ਦੀ ਆ ਬਰਾਮਕੋਲ ਪਿੰਡ ਪੁਰਤਗਾਲਿੰਦੇ ਆ ਤੇ ਉਹਨਾਂ ਕੋਲ ਲੜਕੀ ਚੱਲੇ ਗਈ ਤੇ ਉਹਨਾਂ ਨੂੰ ਦੱਸਿਆ ਵੀ ਇੱਥੇ ਆ ਗਈ ਤੇ ਉਹ ਤੇਰੇ ਕਹਿੰਦੇ ਕੰਮ ਕਮ ਕਰਾ ਦੇਣੇ ਹਸਤੇ 100 ਰੋ ਰ ਦਿੰਦੇ ਸੀ ਮਹੀਨੇ ਦਾ ਤੇ ਉਹ ਕੁੜੀ ਜਿਹੜੀ ਆ ਬੋਤਲ ਕੇ ਦੀ ਬੋਤਲ ਅੱਧੀ ਪੀ ਜਾਂਦੀ ਸੀ। ਉਹਦੀ ਵਾਈਫ ਮੈਨੂੰ ਫੋਨ ਕਰਦੀ ਸੀ ਕਿ ਅੰਕਲ ਜੀ ਲੜਕੀ ਐ। ਹਾਫ ਜਿਹੜੀ ਬੋਤਲ ਪੀ ਜਾਂਦੀ ਐ। ਅਸੀਂ ਸਿੰਗਾਪੁਰ ਜਾਂਦੇ ਸਾਡਾ ਬਿਜ਼ਨਸ ਉੱਥੇ ਦਾ ਤੇ ਇਹਨੂੰ ਪਿੱਛੇ ਅਸੀਂ ਰੱਖੀਦਾ ਐ ਤੇ ਮਗਰ ਉਹ ਵੀਰਾਂ ਗੁਰਾਂ ਮਾਈਨਾ ਮੁੰਨਾ ਪੀ ਜਾਂਦੀ ਐ ਤੇ ਆਹ ਕੰਮ ਐ ਕਿ ਕਰਨਾ ਪੱਕਾ ਪੱਕੇ ਹੋ ਕੇ ਕੀ ਕਰੋਗੇ ਇਹ ਜਿਹੜੀ ਹੁਣੇ ਮੇਰੇ ਘਰ ਵਾਲੇ ਦੇ ਨਾਲ ਬੈਠਾ ਟੇਬਲ ਤੇ ਉਹਦੇ ਚੱਕ ਕੇ ਪੈਗ ਦੋ ਤਿੰਨ ਲਾ ਲੈਂਦੀ ਐ। ਇਹ ਤਾਂ ਹੁੰਦਾ ਚੱਲ ਮਗਾ ਬੈਸ ਕੀ ਪਈਆਂ ਕਿਹੜਾ ਚਿੱਟਾ ਲਾਉਂਦੀ ਐ ਹੁਣ ਅੱਜ ਕੱਲ ਚਿੱਟੇ ਚਿੱਟੇ ਵੀ ਲਾਉਣ ਲੱਪਈਆਂ ਤੇ ਨਸ਼ੇ ਵੀ ਕਾਰ ਕਰ ਲਾਨੇ ਹੁਣ ਕੀ ਕਰ ਸਕਦੇ ਤੁਸੀਂ ਅਗਲੇ ਵੀ ਲਾਈਫ ਐ ਅਗਲੇ ਅੰਨੇ ਸੇ ਗੋੜੀਆਂ ਪਿੰਨੇ ਅਸੀਂ ਕਿਹੜੀਆਂ ਘਾਟੋਂ ਕਿਸੇ ਨਾਲੋਂ ਤੇ ਇਹ ਕੰਮ ਕਰਤੀਆਂ ਫਿਰ ਠੀਕ ਐ ਨਾ ਚਲੋ ਕੀ ਕਰ ਸਕਦੇ ਬਾਕੀ ਮੇਰੀ ਤਾਂ ਇਹੀ ਰਿਕਵੈਸਟ ਆ ਵੀ ਤੁਸੀਂ ਆਉਣਾ ਸੋ ਸਮਝ ਕੇ ਆਓ ਜੇ ਜਰਮ ਇ ਆਸੀਂ ਆਈਆਂ ਬੜੇ ਬੜੇ ਬੰਦੇ ਆਏ ਹੋ ਇੱਥੇ ਬਥੇਰੇ ਕਿੰਨੇ ਕੇ ਅਮੀਰ ਹੋ ਗਏ ਉਹੀ ਕੰਮ ਹੈ ਜਿਹੜਾ ਹੈਗਾ ਅਮੀਰ ਮਹਾਰਾਜ ਦੇ ਦਰਬਾਰ ਕੋਈ ਨਹੀਂ ਹੁੰਦਾ ਰੋਟੀ ਵਾਣੀ ਚੱਲਦਾ ਹੈ ਜੇ ਇੱਥੇ ਚੰਗੀ ਲਾਈਫ ਜੀਣਾ ਚਾਹੁੰਦੇ ਤੇ ਇੰਡੀਆ ਨੂੰ ਭੱਜ ਜਾਓ ਠੀਕ ਹੈ ਨਾ ਉਸ ਕੰਟਰੀ ਦਾ ਨਾਮ ਨਾ ਲਿਆ ਕਰੋ ਤੁਸੀਂ ਇੱਥੇ ਆ ਕੇ ਛੱਡੋ ਮਾਂ ਪੇ ਹੈਗੇ ਤੁਹਾਡੇ ਉਹਨਾਂ ਨੂੰ ਥੋੜੇ ਬਹੁਤ ਪੈਸੇ ਭੇਜਦੇ 100 50 ਰੋ ਬਹੁਤ ਹੈ ਭਰਾ ਭਰੂਮਾਂ ਨੂੰ ਰਹਿਣ ਦਾ ਕੋਈ ਨਹੀਂ ਪੁੱਛਦਾ ਪੁੱਛਦਾ ਤੁਹਾਡੀ ਆਪਣੀ ਲਾਈਫ ਵੀ ਖਰਾਬ ਹੋ ਜਾਂਦੀ ਹੈ ਤੇ ਕਿ ਚਲੇ ਉਹਨਾਂ ਦੀ ਵੀ ਬਣਦੀ ਕੋਈ ਨਹੀਂ ਠੀਕ ਹੈ ਕਰ ਤੇ ਜਦੋਂ ਤੁਸੀਂ ਇੱਥੇ ਆਇਓ ਇੱਥੇ ਸਾਡੇ ਕੋਲ ਪੈਸੇ ਕੰਮ ਤੇ ਲੱਗ ਰਹੇ ਕੋਈ ਚੱਕਰ ਨਹੀਂਗਾ ਫਿਰ ਹੌਲੀ ਹੌਲੀ ਸਰਕਲ ਚੱਲਦਾ ਰਹਿੰਦਾ ਜੱਕਦਾਂ ਮ ਅਮੀਰ ਨਹੀਂ ਤੁਸੀਂ ਹੁਣ ਹੋਣਾ ਚਾਹਨਾ ਜੱਕਦਾਂ ਤਾਂ ਕੋਈ ਅਮੀਰ ਨਹੀਂ ਹੁੰਦਾ ਇਸ ਕਰਕੇ ਹੌਲੀ ਹੌਲੀ ਸਟੈਪ ਅੱਗੇ ਆ ਫੀਕ ਨੇ ਜੱਕਦਾਂ ਮ ਗੱਡੀ ਨਹੀਂ ਚੱਲਣਾ ਜੱਕਦਾਂ ਤਾਂ ਜਿਹੜੇ ਵੱਡੇ ਵੱਡੇ ਸਮਾਗਲਰ ਉਹ ਵੀ ਅਮੀਰ ਨਹੀਂ ਹੋ ਸਕਦੇ ਤੇ ਤੁਸੀਂ ਕਿੱਥੋਂ ਆ ਜਾਣਾ ਠੀਕ ਹੈ ਤੇ ਵਾਕੀ ਇਸ ਲੜਕੀ ਨੂੰ ਮੈਨੂੰ ਜਿੱਥੇ ਤੱਕ ਡਾਊਟ ਹੈ ਵੀ ਇਹ ਮੁੜ ਕੇ ਉੱਥੇ ਆਪਣਾ ਸਾਈਪ੍ਰੈਸ ਚਲੇ ਗਈ ਆ ਠੀਕ ਹੈ ਕਿ ਨਹੀਂ ਇਹ ਵੀਡੀਓ ਥੋੜੀ ਪੁਰਾਣੀ ਆ ਏਡੀ ਵੀ ਹੈ ਨਹੀਂ ਗੇ ਤੇ ਵਿਚਾਰੀ ਕੋ ਪੈਸੇ ਵੀ ਉਸੇ ਹੈ ਨਹੀਂ ਕਿ ਵਿਚਾਰੀ ਹੈ ਦੁੱਖ ਲੱਗਦਾ ਹੈ ਚਲੋ ਕੀ ਕਰ ਸਕਦੇ ਆ ਸਤੇਹੀ ਹੈ ਕਰ ਸਕਦੇ ਜੀ 2-300 ਰੁਪਏ ਇਹਨੂੰ ਜ਼ਰੂਰ ਤੇ ਮੈਂ ਨਾਲ ਕੰਟੈਕਟ ਕਰ ਸਕਦੀ ਆ ਮੈਂ ਜਿੱਥੇ ਜਾਦਾ ਇਹ ਉੱਥੇ ਗਈ ਹੋਰ ਉੱਥੇ ਭੇਜ ਜਨੇ ਜ ਰੋਟੀ ਪਾਣੀ ਦੋ ਤਾਂ ਗੋ ਜੇ ਕਿਤੇ ਹੱਟੇ ਵਿਚਾਲੇ ਉੱਥੇ ਹੈਲਪ ਕਰ ਦਿੰਦੇ ਠੀਕ ਨੇ ਇਹ ਮੈਨੂੰ ਡਾਡ ਆ ਪਹੁੰਚ ਗਈ ਤੇ ਇੱਕ ਇਹ ਏਜੰਟ ਸਗਾ ਵਿਚੇ ਜਾਂ ਨਾਲ ਹੀ ਲੜਿਆ ਤੇ ਉਹ ਉਹਦੀ ਵੀਡੀਓ ਵੀ ਮੇਰੇ ਕੋਲ ਆ ਗਿਆ ਤੁਸੀਂ ਸੁਣ ਲਈਓ ਇਹ ਕਹਿੰਦੇ 25000 ਮੈਨੂੰ ਦਿੱਤਾ ਸੀ ਇਸ ਕੁੜੀ ਨੇ ਤੇ ਬਾਕੀ ਇਹਦੇ ਚਾਚੇ ਦਾ ਮੁੰਡਾ ਵੀ ਉੱਥੇ ਉਹਨੇ ਏਜੰਟ ਨੂੰ ਪੈਸੇ ਦਿੱਤੇ ਸੀ ਉਸ ਤੇ ਇਹ ਨਾਂ ਦੋਨਾਂ ਦਾ ਲੈ ਰਹੀ ਆ ਇਹ ਆ ਮੁੰਡਾ ਦੇਖੋ ਇਹਨੇ ਮੰਨੇ ਆ ਪੜਨਾ ਪੰਨੇ ਆ ਤੇ ਮੈਨੂੰ ਲੱਗਦਾ ਵੀ ਆਪਣੇ ਜ਼ਿਮੀਦਾਰਾਂ ਦੇ ਮੁੰਡਾ ਆ ਤੇ ਇਹਦੀ ਇੰਟਰਵਿਊ ਦੇਖ ਲਿਓ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀਆਂ ਵੀਡੀਓ ਕੁੜੀ ਇੱਕ ਪਈ ਜਾਂਦੀ ਆ ਚਲੋ ਪਾਲੀਆਂ ਵਧੀਆ ਗੱਲ ਐ ਕੋਈ ਗੱਲ ਨਹੀਂ ਮੈਂ ਵੀ ਇਹ ਵੀਡੀਓ ਇੱਕ ਪ੍ਰੂਫ ਤੇ ਭੇਜਣੀ ਆ ਸਿਰਫ ਉਹਨੇ ਉਹਦੀ ਮੇਰੇ ਨਾਲ ਗੱਲ ਨਹੀਂ ਹੋਈ ਜਨਟ ਅੱਗੇ ਹੋਰ ਸੀ ਸਿਰਫ ਉਹਨੇ ਮੈਨੂੰ ਪੈਸੇ ਦਿੱਤੇ ਸੀ ਉਹਦੇ ਪੈਸੇ ਮੈਂ ਖੁਦ ਦੇ ਦਿੱਤੇ ਆ ਵਿੱਚ ਬੋਲਦਾ ਵੀ ਆਪੇ ਕਿੰਨੇ ਪੈਸੇ ਉਹਨੂੰ ਚਲਗੇ ਏਜੰਟ ਨੂੰ ਜਦੋਂ ਥਰੂ ਇਹਨੇ ਜਾਣਾ ਸੀ ਸਰਬੀਆ ਤੋਂ ਅੱਗੇ ਆਪਣਾ ਪੁਰਤਗਾਲ ਨੂੰ ਮਤਲਬ ਸ਼ੈਨਗਨ ਦੀ ਐਂਟਰੀ ਇਟਲੀ ਜਾਂ ਸਲੋਵੇਨੀਆ ਕਿਤੇ ਵੀ ਤੇ ਇਹਦਾ ਕਹੇ ਇਹਦੇ ਮੇਰੇ ਕੋਲ ਇਹਦਾ ਮੇਰੇ ਕੋਲ ਪੈਸੇ ਸੀ 2500 ਯੂਰੋ ਜਿਹੜਾ ਮੈਂ ਦੇ ਦਿੱਤਾ ਸੀ ਤੇ 2500 ਜੀਰੋ ਜਿਹੜਾ ਇਹਦਾ ਭਰਾ ਖੁਦ ਦੇਣਾ ਆ ਹੀ ਮਤਲਬ ਵੀ ਜਿਹੜਾ ਏਜੰਟ ਹੀ ਨਾ ਉਹਨੂੰ ਇਹ ਜਾਣਦਾ ਸੀ ਜਿਆਦਾ ਇਹਦਾ ਭਰਾ ਚਾਚੇ ਦਾ ਮੁੰਡਾ ਜਾਂ ਜੋ ਵੀ ਲਾ ਲਓ ਬੱਲੀ ਨਾ ਆ ਅਗਲੀ ਵੀਡੀਓ ਦੇ ਵਿੱਚ ਉਹ ਆਪਣਾ ਮੈਂ ਪਾਉਣਾ ਆ ਉਹਦੇ ਪੈਸੇ ਉਹ ਦੇਣ ਰਿਹਾ ਆ ਉਹਨੂੰ ਸਿੱਧੇ ਹੈ ਨਾ ਕਰਕੇ ਮੈਂ ਵੀ ਨਾਲ ਆ ਏਜੰਟ ਨਾਲ ਆ ਤੇ ਸਿੱਧੇ ਪੈਸੇ ਇਹਨੂੰ ਦਿੱਤੇ ਆ ਠੀਕ ਆ ਪੈਸੇ ਮੈਨੂੰ ਦਿੱਤੇ ਆ ਮੇਰੀ ਵੀਡੀਓ ਬਣਾ ਲਈ ਕੋਈ ਚੱਕਰ ਨਹੀਂ ਹੈ ਨਾ ਇੱਥੇ ਇਹੋ ਕੁਝ ਹੀ ਚੱਲਦਾ ਰਹਿੰਦਾ ਹੈ ਬਾਕੀ ਲੋਕਾਂ ਨੂੰ ਪਤਾ ਹੀ ਮੈਂ ਕਿੰਨੇ ਕ ਪੈਸੇ ਖਾਦੇ ਆ ਸਹੀ ਗੱਲ ਹੈ ਨਾ ਕਿਸੇ ਨੂੰ ਉਹ ਆਪਣਾ ਸਬੂਤ ਮੈਨੂੰ ਦੇਣ ਦੀ ਲੋੜ ਨਹੀਂ ਹੈਗੀ ਬਾਕੀ ਇਹਦਾ ਮੈਂ ਸਬੂਤ ਜ਼ਰੂਰ ਦਊਂਗਾ ਤੁਹਾਨੂੰ ਮੈਂ ਨੈਕਸਟ ਵੀਡੀਓ ਪਾਉਣੀ ਆ ਨਾਲ ਹੀ ਇਹਦੇ ਪ੍ਰੂਫ ਵਾਲੀ ਵੀਡੀਓ ਪਾ ਜਾਣੀ ਆ ਤੇ ਬਾਕੀ ਕੋਈ ਚੱਕਰ ਨਹੀਂ ਜਿਹੜੇ ਕਮੈਂਟ ਕਰਕੇ ਵਿਦਮਾਨ ਬਣਦੇ ਆ ਸਾਰਿਆਂ ਨੂੰ ਪਤਾ ਹੀ ਹੈ ਸਾਰਿਆਂ ਬਾਰੇ ਐਡੀ ਕੋਈ ਉਹ ਗੱਲ ਨਹੀਂ ਸਾਈਪਰੇਚ ਮੈਂ ਵੀ ਸਾਈਪਰੇਚ ਰਹਿਣਾ ਸਾਰੇ ਜਣ ਸਾਈਪਰੇਚ ਰਹਿੰਦੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਇਹ ਕਹਣਾ ਇਹਨੂੰ ਵੀ ਕਹਿਣਾ ਵੀ ਪੈਸੇ ਏਜੰਟ ਜਿਹੜਾ ਜਿਹਨੂੰ ਦਿੱਤੇ ਚੁੱਪ ਕਰਕੇ ਬਣਾ ਦੇ ਠੀਕ ਨੇ ਔਰ ਕੁਛ ਨਹੀਂ ਰਹੇਗਾ ਤੇ ਹੋਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੈ ਤੇ ਇਹਦੇ ਲਈ ਤੋਂ ਧੰਨਵਾਦ ਕਰਦਾ ਠੀਕ ਹੈ ਜੀ ਆਓ ਜਰੂਰ ਬਾਹਰ ਨੂੰ ਇੱਥੇ ਰਹਿਣ ਦੇ ਤੌਰ ਤਰੀਕੇ ਸਿੱਖੋ ਪਹਿਲਾਂ ਉਹ ਜਿੱਥੋਂ ਤੁਸੀਂ ਆਏ ਹੋ ਜਿਹੜਾ ਦਿਮਾਗ ਤੁਹਾਡਾ ਉੱਥੇ ਆਨ ਉਹਨੂੰ ਉੱਥੇ ਛੱਡ ਕੇ ਆਇਆ ਕਰੋ ਇੰਡੀਆ ਦਾ ਦਿਮਾਗ ਨੂੰ ਇੱਥੇ ਰਹਿਣ ਦਿਓ ਇੱਥੇ ਨਵਾਂ ਜਨਮ ਹੁੰਦਾ ਨਵੇਂ ਸਿਰੋਂ ਜਿਹੜਾ ਗੋਰੇ ਰਹਿੰਦੇ ਨੇ ਉਹਨਾਂ ਦੇ ਤੌਰ ਤਰੀਕੇ ਵਿੱਚ ਰਹਿਣਾ ਸਿੱਖੋ ਜੇ ਕੋਈ ਪ੍ਰੌਨ ਹੋਵੇ ਜੇ ਤੁਸੀਂ ਇੰਜੀਨ ਇਗੀਆਂ ਪੰਜਾਬੀ ਆ ਗਿਆ ਤੁਸੀਂ ਬਾਹਰ ਰਹਿਣਾ ਪੰਜਾਬੀ ਦਿਮਾਗ ਵਿੱਚ ਫਿਰ ਆਉਣ ਦਾ ਫਾਇਦਾ ਕੋਈ ਨਹੀਂ ਫਿਰ ਇਹ ਸਭ ਬਸ ਆਹ ਹੀ ਆ ਵੀਰਾਂ ਬੁਰਾਂ ਕੁਝ ਰਹੀਆਂ ਕੰਮ ਕਰ ਲਿਆ ਲੜਾਈ ਲੜੂਈ ਕਰ ਲਿਆ ਤੇ ਕਾਜਪੂਰ ਬਣਾਉਣਾ ਤੁਹਾਨੂੰ ਕੋਈ ਪਤਾ ਹੀ ਨਹੀਂਗਾ ਹੈਗਾ ਕਿੱਦਾਂ ਬਣਨੇ ਆ ਦੋ ਚਾਰ ਸਾਲ ਇੱਦੇ ਲੰਗ ਲੰਗ ਜਾਂਦੇ ਠੀਕ ਨੇ ਚਲੋ ਕੋਈ ਗੱਲ ਨਹੀਂ ਮਿਹਨਤ ਕਰਨੀ ਚਾਹੀਦੀ ਹੈ ਕੰਮ ਕਰੋ ਜ਼ਰੂਰ ਕੋਈ ਪ੍ਰੌਨ ਨੂੰ ਨਹੀਂ ਅਸੀਂ ਕੰਮੇ ਕਿਤੇ ਅਨੁਸਾਰ ਕੋਈ ਨੀ ਗੇ ਐਵੇਂ ਕਹਦੇ ਅਸੀਂ ਮਾਰਗਾਂ ਲੁੱਟ ਹੋਵੇ ਜਿਹਨੂੰ ਮਰਜੀ ਪੰਜਾਬੀ ਨੇ ਪੁੱਛ ਲੋ ਹਾਲ ਚਿਰ ਕੇ ਪੈਸੇ ਪੁੱਛ ਲੋ ਪਰਸੋਂ ਪੁੱਛਣੇ ਸੀ ਅੱਜ ਇੰਡੀਆ ਭੇਜਿਆ ਮਾਰਗਾਂ ਲੁੱਟ ਹੋਵੇ ਬਸ ਆਹ ਹੀ ਸਾਲੇ ਕਰੀ ਜਾਂਦੇ ਮਕਾਨ ਬਣਾਈ ਜਾਂਦੇ ਇੰਗਲੈਂਡ ਕੈਨੇਡਾ ਇੱਥੇ ਵੀ ਬਸ ਇੱਕ ਮਕਾਨ ਲੈ ਰਿਆ ਦੂਆ ਲੈ ਰਤੀਆ ਲੈ ਲੈ ਚੌਥਾ ਲੈ ਲੈ ਸਾਲੇ ਦਿਨ ਗੱਡੀ ਗੱਡੀ ਚੜ ਜਾਂਦੇ ਨਾ ਨਿਆਣੇ ਰਹਿੰਦੇ ਨਾ ਵਾਸਤਾ ਗੋਡੇ ਦੁਖੀ ਜਾਂਦੇ ਇਹਨਾਂ ਦੇ ਹੂੰ ਦਰਦ ਉਹ ਜਿਹੜਾ ਤਰੇ ਆ ਜਾਂਦਾ ਨਹੀਂ ਮਕਾਨ ਲੈ ਜਾਂਦੇ ਤੁਸੀਂ ਸਾਲਿਓਂ ਐਡੇ ਮਕਾਨ ਲੈ ਕੇ ਕਰਨੇ ਕੀ ਮਕਾਨ ਇੱਕੋ ਹੀ ਬਹੁਤ ਹੁੰਦਾ ਉਹ ਤੋਂ ਬਾਹਰ ਨਿਆਣੇ ਕੋ ਆਪਣਾ ਬਣਾਵੋ ਤੁਸੀਂ ਜਾਬ ਕਰੋ ਬਾਹਰ ਦਫਾ ਹੋਵੇ ਜਿਹੜਾ ਗੋਰੇ ਰਹਿੰਦੇ ਨੇ ਗੋਰਿਆਂ ਜਿਹਦਾ ਲਾਈਫ ਰਹਿੰਦੀ ਵੈਰੀ ਨਾਈਸ ਲਾਈਫ ਇਹਨਾਂ ਦੀ ਠੀਕ ਹੈ ਸਾਡੇ ਸਾਲੇ ਲਾਲਚੀ ਜਿਹੇ ਇਨਸਾਨ ਇੱਕ ਦੂਜੇ ਨੂੰ ਠੱਗੀ ਜਾਂਦੇ ਨੇ ਪੈਸੇ ਲੈ ਉਹ ਨਹੀਂ ਮੋੜਦੇ ਹੈ ਕਿ ਬੀਮਾਨੀਆਂ ਝੂਠ ਬੋਲੀ ਜਾਣੇ ਇਹਨਾਂ ਨੇ ਹੂੰ ਬਸ ਤੁਸੀਂ ਜਿਹੜੇ ਗਰੀਬ ਬੰਦੇ ਹਨਾ ਪੰਜਾਬ ਦੇ ਵਿੱਚ ਐ ਉਹ ਜਾਂ ਵੋਟ ਪਾਉਣ ਦੇ ਕੰਮ ਆਉਂਦੇ ਬੰਦੇ ਗਰੀਬ ਕਾ ਮੈਂ ਕਹਿੰਦਾ ਗਰੀਬ ਤਾਂ ਹੁੰਦਾ ਹੀ ਨਹੀਂ ਕੋਈ ਗਰੀਬ ਆਪਣੇ ਆ ਵੀ ਤੁਸੀਂ ਬਣੇ ਹੋਨੇ ਜੱਟ ਜ਼ਿਮੀਂਦਾਰ ਹੋਰ ਵੀ ਹੈਗੇ ਨੇ ਸਾਰੇ ਉਥੇ ਸਿਰਫ ਵੋਟ ਪਾਉਣ ਦੇ ਕੰਮ ਆਉਨੇ ਆ ਤੁਸੀਂ ਠੀਕ ਐ ਜਾਂ ਬਾਹਰ ਆਉਣ ਦੇ ਕੰਮ ਆਉਨੇ ਤੇ ਜਾਂ ਜਿਹੜਾ ਪੈਸਾ ਬਚ ਜਾਂਦਾ ਰਿਸ਼ਵ ਦੇਣ ਦੇ ਕੰਮ ਆਉਨੇ ਹੋਰ ਤਾਂ ਤੁਹਾਡਾ ਮਕਸਦ ਹੀ ਨਹੀਂ ਕੋਈ ਹੁੰਦਾ ਇੱਥੇ ਜੀਵਨ ਦਾ ਕੋ ਦੁਨੀਆ ਉੱਤੇ ਆਉਣ ਦਾ ਆਹੀ ਮਕਸਦ ਹੈ ਤੇ ਉਹ ਤੇ ਹੀ ਹੈ। ਬਾਹਰ ਆ ਕੇ ਫੇਰ ਵੀ ਰਹਿਣਾ ਨਹੀਂ ਆਉਂਦਾ ਤੁਹਾਨੂੰ। ਫੇਰ ਇੱਥੇ ਲਾਲਚ 'ਚ ਫਸ ਜਾਂਦੇ ਤੁਸੀਂ। ਲਾਲਚੇ ਨਹੀਂ ਜਾਂਦਾ ਤੁਹਾਡਾ ਪਤਾ ਕਿ ਕਿੰਨੇ ਕ ਪੈਸੇ ਬਣਾਉਣੇ, ਕਰਨਾ ਕੀ ਜਿੰਨੇ ਪੈਸੇ। ਨਾ ਤੁਸੀਂ ਸਾਲੇ ਰੋਟੀ ਖਾਣੇ ਚੰਗੀ ਜਿਹੀ ਰੈਸਟੋਰੈਂਟ ਵਿੱਚ ਜਾ ਕੇ, ਨਾ ਤੁਸੀਂ ਹੌਲੀਡੇ ਜਾਂਦੇ ਕਿੱਥੇ ਹੌਲੀਡੇ ਜਾਂਦੇ? ਕਿ ਇੰਡੀਆ ਜਾਂਦੇ ਹੌਲੀਡੇ ਆ। ਉਹ ਘਰਦਿਆਂ ਨੂੰ ਮੰਡ ਜਾਂਦੇ ਆਪਣੇ ਨੂੰ। ਹੂੰ। ਕਦੇ ਵੀ ਅ ਸਪੇਨ ਪੋਸਟੂਗਾਲ ਹੋਰ ਨਾਲ ਕੰਟਰੀ ਹੌਲੀਡੇ ਗਏ ਹੋਟਲ ਬਕੌਣ ਕੀਤੀ ਹੈ ਕਿ ਉੱਤੇ ਨਹੀਂ ਕੀਤੀ ਠੀਕ ਹੈ ਨਾ ਤੁਸੀਂ ਕਰ ਹੀ ਨਹੀਂ ਸਕਦੇ ਪੈਸਾ ਜੋੜ ਜੜ ਕੇ ਜੁੱਤੀਆਂ ਜੁੱਤੀਆਂ ਖਾਣ ਯੋਗ ਹੋਣੇ ਤੁਸੀਂ ਨਿਆਣੇ ਯੂਨੀਵਰਸਿਟੀ ਤੁਹਾਡੇ ਅੰਦਰ ਰਹਿੰਦੇ ਕਿਉਂਕਿ ਤੁਸੀਂ ਓਵਰਟਾਈਮ ਓਵਰਟਾਈਮ ਲਾਈ ਜਾਂਦੇ ਹੋ ਓਵਰਟਾਈਮ ਲਾਉਂਦੇ ਜਾਂਦੇ ਜਿੰਨਾ ਮਰਜ਼ੀ ਰੋਵਾਲਾ ਤੁਹਾਡੇ ਕੋਲ ਬਟਨ ਤੁਹਾਨੂੰ ਕੋਈ ਮਾਲਕ ਕਹੇ ਬਈ ਇੱਥੇ ਤੁਸੀਂ ਘਰ ਜਾਣਾ ਹੀ ਨਹੀਂ ਇੱਥੇ ਰਹਿਣਾ ਸਾਡੇ ਇੱਥੇ 2 ਸਾਲ ਇੱਥੇ ਰਹਿਣਾ ਕੰਮ ਕਰ 20 ਘੰਟੇ ਤੇ ਉੱਤੇ ਸਾਡੇ ਰਹਿਣਗੇ ਨਾ ਜਾਣ ਕੇ ਕਰਨ ਚਲੋ ਓਕੇ थैंक यू तो ऐदा तो ਧੰਨਵਾਦ ਕਰਦਾ ਲੜਕੀ ਨੂੰ ਦੁਬਾਰਾ ਫਿਰ ਮੈਂ ਕਹਣਾ ਨਹੀਂ ਪੈਸੇ ਹੈਗੇ ਮੈਨਾਂ ਕੰਟੈਕਟ ਕਰ ਸਕਦੇ ਮੈਂ ਹੈਲਪ ਕਰ ਸਕਦਾ ਠੀਕ ਹੈ ਨਾ ਕੋਈ ਪ੍ਰੋਬਲਮ ਨਹੀਂ ਹੈਗੀ ਇੱਕ ਮੈਂ ਦੱਸਣੀ ਚਾਹੁੰਦਾ ਵੀ ਇੱਥੇ ਪੰਜਾਬੀ ਬੰਦੇ ਸਾਡੇ ਰਿਸ਼ੂ ਜੀ ਸਟੈਂਡ ਨੇ ਲੈ ਆਏ ਤੇ ਇਹਨਾਂ ਨੇ ਕਈਆਂ ਨੇ ਨਾਂ ਗਲਤ ਦੱਸਿਓ ਸੀ ਇਹਨਾਂ ਨੂੰ ਪਹਿਲਾਂ ਉਹ ਨਾਂ ਜਦੋਂ ਗਲਤ ਦੱਸਿਆ ਉਹ ਇਨਕੁਆਰੀ ਇੰਡੀਆ ਤੋਂ ਕਰਦੇ ਆ ਇਹਨਾਂ ਦਾ ਉੱਥੇ ਨਾ ਨਹੀਂ ਇੰਡੀਆ ਦੇ ਵਿੱਚੋਂ ਨਿਕਲ ਨਹੀਂ ਰਿਹਾ ਤੇ ਉਹ ਇਹਨਾਂ ਨੂੰ ਭੇਜਦੇ ਨੇ ਕਈਆਂ ਨੂੰ 10 ਸਾਲ ਹੋ ਗਏ ਕਈ ਨੂੰ 15 ਸਾਲ ਹੋ ਗਏ ਉਹ ਜਾਣਾ ਚਾਹੁੰਦੇ ਆ ਇੰਡੀਆ ਦੇ ਵਿੱਚ ਠੀਕ ਨਹੀਂ ਉਹ ਇਹਨਾਂ ਨੂੰ ਭੇਜ ਨਹੀਂ ਰਹੇ ਤੇ ਇਹਨਾਂ ਕੋਲ ਕਾਜ ਡਾਕੂਮੈਂਟ ਹੈ ਨਹੀਂ ਕੋਈ ਵੀ ਠੀਕ ਨਹੀਂ ਤੇ ਇਸ ਕਰਕੇ ਕਈ ਬਹੁਤ ਫਸੇ ਹੋਏ ਨੇ ਜੇ ਕੋਈ ਪੰਜਾਬੀ ਇਸ ਤਰ੍ਹਾਂ ਦੇ ਕੇਸ ਵਿੱਚ ਹੈਗਾ ਫਸਿਆ ਆ ਬਹੁਤ ਜ਼ਿਆਦਾ ਮੈਨੂੰ ਪਤਾ ਤੇ ਉਹ ਇੰਡੀਆ ਨੂੰ ਜਾਣਾ ਚਾਹੁੰਦਾ ਆ ਤੇ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਤੇ ਮੈਂ ਉਹਨਾਂ ਮਹੀਨੇ ਦੇ ਵਿੱਚ ਤੇ ਇੰਡੀਆ ਪੀ ਦਾ ਮਗਰ ਠੀਕ ਨੇ ਤੇ ਬਾਕੀ ਟਰੈਕਟਰ ਤਾਂ ਤੁਸੀਂ ਆਪਣੀ ਲੈਣੀ ਹੁੰਦਾ 10 15 15 ਸਾਲ ਹੋ ਗਏ ਟਰੈਕਟਰ ਉਹ ਵੀ ਤੁਹਾਨੂੰ ਇੱਥੋਂ ਲੈ ਕੇ ਦੇਈਏ ਤੇ ਬਾਕੀ ਤੁਸੀਂ ਕੰਟੈਕਟ ਕਰ ਸਕਦੇ ਬੰਦੇ ਬਹੁਤ ਹੈ ਜਾਣਾ ਚਾਹੁੰਦੇ ਉਹਨਾਂ ਪਤਾ ਨਹੀਂ ਕਿ ਦੁਖੀ ਹੈ ਬਹੁਤ ਜ਼ਿਆਦਾ ਇਹਦੇ ਬਰ ਕਿਸੇ ਨੂੰ ਨਹੀਂ ਪਤਾ ਹੈਗਾ ਠੀਕ ਹੈ ਉਹ ਐਨੀ ਟਾਈਮ ਕੰਟੈਕਟ ਕਰ ਸਕਦੇ ਨੇ ਮਹੀਨਾ ਲੱਗੇਗਾ ਮਹੀਨੇ ਦੇ ਵਿੱਚ ਤੁਸੀਂ ਇੰਡੀਆ ਰਾਮ ਦੇ ਨਾਲ ਪਹੁੰਚ ਸਕਦੇ ਓਕੇ ਬਾਏ ਬਾਏ